ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪ੍ਰੀਤ ਟਰੈਕਟਰ ਨੂੰ ਮੋਡੀਫਾਈ ਕਰਾਂਗੇ। ਵੇਖ ਸਕਦੇ ਹੋ ਪ੍ਰੀਤ ਟਰੈਕਟਰ ਦੀ ਬਾਡੀ ਆਪਣੇ ਕੋਲ ਪਈ ਹੈ, ਸਾਰੀ ਮਾਡਲ ਪੂਰਾ ਇਹਦੇ ਤਿਆਰ ਪਿਆ ਅਤੇ ਆਪਾਂ ਇਹਦੇ ਮੋਟਰ ਫਿੱਟ ਕਰਾਂਗੇ ਅਤੇ ਇਹਦੇ ਜਿਹੜੇ ਪਿਛਲੇ ਟਾਇਰ ਨੇ ਉਹ ਵੀ ਚੇਂਜ ਕਰਕੇ ਆਪਾਂ ਵੱਡੇ ਟਾਇਰ ਲਾਵਾਂਗੇ। ਪਹਿਲਾਂ ਆਪਾਂ ਜਿਹੜੇ ਇਹਦੇ ਸੈੱਟ ਵਾਲੇ ਦੋਵੇਂ ਟਾਇਰ ਲਾਵਾਂਗੇ। ਟਾਇਰ ਲਾ ਤੇ ਦੋਵੇਂ ਦੇ ਆ ਜਿਹੜੇ ਟਾਇਰ ਨੇ ਛੋਟੇ ਨੇ ਇਹਦੇ ਨਾਲ ਆਏ ਜਿਹੜੇ, ਇਸ ਕਰਕੇ ਆਪਾਂ ਇਹਨੂੰ ਵੱਡੇ ਟਾਇਰ ਪਾਵਾਂਗੇ ਸਵਰਾਜ ਵਾਲੇ ਆਪਣੇ। ਅਤੇ ਇਹਦੇ ਵਿੱਚ ਇਸ ਵਾਰੀ ਆਪਾਂ ਯੂਜ਼ ਕਰਨ ਲੱਗੇ ਹਾਂ ਆਹ ਜਿਹੜਾ ਐਕਸਲ ਆਪਣਾ ਜਿਹੜਾ ਮੈਂ ਔਨਲਾਈਨ ਮੰਗਾਇਆ ਸੀਗਾ। ਅਤੇ ਇਹਦੀ ਅਨਬੋਕਸਿੰਗ ਵੀ ਕੀਤੀ ਹੈ ਅਤੇ ਜੇ ਕਿਸੇ ਵੀਰ ਨੇ ਵੀਡੀਓ ਨਹੀਂ ਵੇਖੀ ਤਾਂ ਡਿਸਕ੍ਰਿਪਸ਼ਨ 'ਚ ਲਿੰਕ ਦੇ ਦਾਂਗਾ ਮੈਂ, ਤੁਸੀਂ ਉੱਥੇ ਆ ਕੇ ਵੀਡੀਓ ਵੇਖ ਲਿਓ, ਉੱਥੇ ਤੁਹਾਨੂੰ ਇਹਦਾ ਪ੍ਰਾਈਜ਼ ਪਤਾ ਲੱਗ ਜੂ ਅਤੇ ਕਿੱਦਾਂ ਮੰਗਾਇਆ ਕਿਹੜੀ ਵੈਬਸਾਈਟ ਤੋਂ ਵੀ ਪਤਾ ਲੱਗ ਜੂਗਾ। ਅਤੇ ਇਹ ਐਕਸਲ ਦਾ ਆਪਾਂ ਯੂਜ਼ ਕਰਾਂਗੇ ਇਸ ਤਰ੍ਹਾਂ, ਜਿਹੜੇ ਟਾਇਰ ਨੇ ਆਪਾਂ ਲਾਵਾਂਗੇ ਐਕਸਲ ਉੱਤੇ। ਅਤੇ ਐਕਸਲ ਵਿੱਚ ਟਾਇਰ ਲਾਉਣ ਲਈ ਆਪਾਂ ਇਹਦੇ ਵਿੱਚ ਐਮ ਸੀਲ ਭਰ ਕੇ ਅਤੇ ਇਹਨੂੰ ਸੈਂਟਰ 'ਚ ਐਕਸਲ ਨੂੰ ਇੱਦਾਂ ਵਿੱਚ ਫਿੱਟ ਕਰ ਦਾਂਗੇ। ਅਤੇ ਥੋੜ੍ਹਾ ਚਿਰ ਸੁੱਕਣ ਤੋਂ ਬਾਅਦ ਇਹ ਜਮਾਂ ਪੱਕਾ ਹੋ ਜੂਗਾ, ਜਿਹਦੇ ਨਾਲ ਕਿ ਬਾਜੂ ਹਿੱਲਦਾ ਨਹੀਂ, ਬਹੁਤ ਵਧੀਆ ਜਿਹੜਾ ਸੈੱਟ ਹੋ ਜਾਂਦਾ ਟਾਇਰ। ਅਤੇ ਤੁਸੀਂ ਐਮ ਸੀਲ ਲਾ ਕੇ ਇਹਨੂੰ ਵਿੱਚ ਇਹਨੂੰ ਫਿੱਟ ਕਰ ਸਕਦੇ ਹੋ ਵੈਸੇ। ਹਾਂਜੀ, ਆਪਾਂ ਜਿਹੜੇ ਟਾਇਰ ਵੱਡੇ ਯੂਜ਼ ਕਰਨੇ ਸੀ ਉਹ ਆਪਾਂ ਤਿਆਰ ਕਰ ਲੈਣੇ ਪਹਿਲਾਂ ਹੀ, ਅਤੇ ਮੈਂ ਤੁਹਾਨੂੰ ਵਿਖਾ ਦੇਣਾ ਵਾਂ ਕਿ ਆਹ ਵੇਖ ਸਕਦੇ ਤੁਸੀਂ ਸੇਮ ਹੀ ਐਕਸਲ ਯੂਜ਼ ਕੀਤਾ ਆਪਾਂ, ਆਹ ਜਿਹੜੇ ਵੱਡੇ ਸਵਰਾਜ ਦੇ ਟਾਇਰ ਸੀ ਆਪਣੇ। ਅਤੇ ਚੰਗੀ ਤਰ੍ਹਾਂ ਜਿਹੜੀ ਐਮ ਸੀ ਲਾ ਕੇ ਆਪਾਂ ਦੋਵਾਂ ਪਾਸਿਓਂ ਆਹ ਵੇਖ ਸਕਦੇ ਤੁਸੀਂ ਐਮ ਸੀ ਲੱਗੀ ਹੋਈ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਇਹਦੇ ਵਿੱਚ ਫਿੱਟ ਹੋ ਗਏ ਨੇ ਟਾਇਰ, ਜਿੱਦਾਂ ਤੁਸੀਂ ਵੇਖ ਸਕਦੇ ਘੁੰਮਣ ਦਾ ਬਹੁਤ ਵਧੀਆ। ਅਤੇ ਆਹ ਇਹਦਾ ਮੇਨ ਕਰਾਸ ਹੈ ਜਿਹਨੇ ਆਪਾਂ ਮੋਟਰ ਜੋੜਾਂਗੇ ਅਤੇ ਬਾਅਦ 'ਚੋਂ ਇਹ ਚੱਲੂਗਾ, ਜਿਹੜਾ ਕਿ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਫਿੱਟ ਕਰਾਂਗੇ ਟਰੈਕਟਰ। ਹਾਂਜੀ, ਪ੍ਰੀਤ ਦੇ ਟਰੈਕਟਰ ਦੇ ਵਿੱਚ ਆਪਾਂ ਆਹ ਜਿਹੜੀ ਮੋਟਰ ਯੂਜ਼ ਕਰਨੀ ਹੈ, ਚਿੱਟੇ ਰੰਗ ਦੀ ਮੋਟਰ ਹੈ, 60 RPM ਦੀ ਹੈ, 12 volt ਦੀ ਮੋਟਰ ਹੈ ਜੀ ਇਹ। ਅਤੇ ਇਹਦੀ ਅਨਬੋਕਸਿੰਗ ਵੀ ਤੁਹਾਨੂੰ ਚੈਨਲ 'ਤੇ ਮਿਲ ਜੂਗੀ, ਤੁਸੀਂ ਚੈਨਲ 'ਤੇ ਵੀਡੀਓ ਚੈੱਕ ਕਰ ਸਕਦੇ ਹੋ। ਅਤੇ ਇਸ ਨੂੰ ਆਪਾਂ ਲਾਵਾਂਗੇ ਇਹਦੇ ਵਿੱਚ ਇਸ ਤਰ੍ਹਾਂ, ਜਿਹੜੀ ਆਪਣੀ ਮੋਟਰ ਟਰੈਕਟਰ ਦੇ ਵਿੱਚ ਲੱਗਣੀ ਹੈ ਜੀ, ਜਿੱਦਾਂ ਵੇਖ ਸਕਦੇ ਤੁਸੀਂ ਵੀ ਆਪਾਂ ਆਹ ਹਿੱਸਾ ਕੱਟ ਕੇ ਇੰਨਾ, ਅਤੇ ਫਿਰ ਇਹਦੇ ਵਿੱਚ ਮੋਟਰ ਫਿੱਟ ਕਰਾਂਗੇ ਇੱਥੇ, ਅੱਗੇ ਤੁਹਾਨੂੰ ਵੀਡੀਓ 'ਚ ਪਤਾ ਲੱਗ ਜੂਗਾ। ਅਤੇ ਇਸ ਤਰ੍ਹਾਂ ਜਦੋਂ ਆਹ ਜਿਹੜੀ ਮੋਟਰ ਇੱਥੇ ਸੈਂਟਰ 'ਚ ਆ ਜੂਗੀ ਅਤੇ ਆਹ ਜਿਹੜਾ ਆਪਣਾ ਕਰਾਸ ਹੈ ਇਹ ਵੀ ਇੱਦਾਂ ਲੱਗ ਜੂਗਾ। ਅਤੇ ਇਹਨੂੰ ਜਿਹੜੇ ਨੂੰ ਮੇਨ ਕਰਾਸ ਦਾ ਹਿੱਸਾ ਹੈ ਇਹਨੂੰ ਆਪਾਂ ਇਸ ਮੋਟਰ ਨਾਲ ਐਂ ਅਟੈਚ ਕਰ ਦਾਂਗੇ ਜੀ ਸਿੱਧਾ ਇਹਦੇ ਨਾਲ। ਦੇਖੋ ਜੀ, ਇਸ ਤਰ੍ਹਾਂ ਆਪਾਂ ਇਹਨੂੰ ਇਹਦੇ ਨਾਲ ਜੋੜ ਦਾਂਗੇ। ਇੱਦਾਂ ਵਾਟ ਕਰ ਲਿਆ ਜਿੱਦਾਂ ਤੁਸੀਂ ਵੇਖ ਸਕਦੇ ਹੋ। ਅਤੇ ਇਹਦੇ ਵਿੱਚ ਆ ਜਿਹੜੀ ਆਪਣੀ ਮੋਟਰ ਹੈ ਹੁਣ ਸਹੀ ਫਿੱਟ ਆ ਜੂਗੀ ਜੀ, ਇਸ ਤਰ੍ਹਾਂ ਵੇਖ ਸਕਦੇ ਹੋ ਤੁਸੀਂ। ਹੁਣ ਆ ਜਿਹੜੀ ਬਾਡੀ ਦੇ ਵਿੱਚ ਜਿਹੜੀ ਮੋਟਰ ਬਿਲਕੁਲ ਵਧੀਆ ਤਰੀਕੇ ਨਾਲ ਫਿੱਟ ਆ ਜੂਗਾ, ਕੱਟ ਮਾਰਨਾ ਇਹਦੇ ਉੱਤੇ ਇਸ ਤਰ੍ਹਾਂ ਆਪਣੀ ਜਿਹੜੀ ਬਾਡੀ ਲੱਗ ਜੂਗੀ। ਅਤੇ ਮੋਟਰ ਨੂੰ ਆਪਾਂ ਬਲੈਕ ਕਲਰ ਕਰ ਲਾਂਗੇ ਜਿਵੇਂ ਬਾਡੀ ਨੂੰ ਹੈ ਦੂਜੀ ਸਾਰੀ ਨੂੰ। ਅਤੇ ਇੱਦਾਂ ਜਿਹੜਾ ਆਪਾਂ ਮੋਟਰ ਲਾ ਕੇ ਐਮ ਸੀਲ ਨਾਲ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਮੋਟਰ ਜੋੜ ਕੇ ਇਹਦੇ ਨਾਲ ਪੱਕੀ ਕਰਕੇ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਆਪਣਾ ਜਿਹੜਾ ਬੈਕ ਦਾ ਪੋਰਸ਼ਨ ਹੈ ਉਹ ਨਾਲ ਜੋੜ ਦਾਂਗੇ ਇਸ ਤਰ੍ਹਾਂ, ਤੁਸੀਂ ਵੇਖ ਸਕਦੇ ਹੋ। ਹਾਂਜੀ, ਇੱਦਾਂ ਆਪਾਂ ਜਿਹੜਾ ਪਿਛਲਾ ਹਿੱਸਾ ਵੀ ਜੋੜ ਦਾਂਗੇ ਇਹਦੇ ਨਾਲ। ਉਸ ਤੋਂ ਬਾਅਦ ਜਿਹੜਾ ਆਪਣਾ ਪਿਛਲਾ ਕਰਾਸ ਹੈ ਉਹ ਇਸ ਤਰ੍ਹਾਂ ਜੋੜ ਕੇ, ਅਤੇ ਆਹ ਜਿਹੜਾ ਕਰਾਸ ਦਾ ਹਿੱਸਾ ਹੈ ਅਤੇ ਇੱਧਰਲੀ ਸਾਈਡ ਵੀ ਆਪਾਂ ਇੱਕ ਕਰਾਸ ਲਾਵਾਂਗੇ ਇੱਦਾਂ ਦਾ ਜੀ, ਜਿਹੜਾ ਇਹਦੇ ਵਿੱਚ ਸਹੀ ਪੈ ਜੂਗਾ। ਅਤੇ ਆਪਾਂ ਇਹਨਾਂ ਨੂੰ ਅਟੈਚ ਕਰ ਦਾਂਗੇ ਜੀ ਇੱਦਾਂ ਦੋਵਾਂ ਨੂੰ ਆਪਸ 'ਚ। ਹਾਂਜੀ, ਮੋਟਰ ਆਪਾਂ ਜੋੜਤੀ ਬਾਡੀ ਦੇ ਨਾਲ ਵੇਖ ਸਕਦੇ ਹੋ ਤੁਸੀਂ, ਅਤੇ ਨਾਲ ਆਪਾਂ ਜਿਹੜੀਆਂ ਤਾਰਾਂ ਵੀ ਲਾ ਤੀਆਂ। ਆਹ ਜਿਹੜਾ ਸੋਚ ਆਪਾਂ ਯੂਜ਼ ਕਰਦੇ ਹਾਂ ਪਲੱਗ ਲਾ ਤਾ ਤਿਆਰੀ ਵਿੱਚ ਮੋਟਰ, ਅਤੇ ਆਹ ਵੇਖ ਸਕਦੇ ਹੋ ਤੁਸੀਂ ਕਰਾਸ ਜਿਹੜਾ ਆਪਾਂ ਇਹਦੇ ਵਿੱਚ ਯੂਜ਼ ਕਰਨਾ, ਠੀਕ ਹੈ ਜੀ, ਜਿਵੇਂ ਆਹ ਕਰਾਸ ਹੈ ਅਤੇ ਇਸ ਦਾ ਦੂਸਰੀ ਸਾਈਡ ਜਿਹੜੀ ਹੁੰਦੀ ਹੈ ਆਹ ਵੇਖ ਸਕਦੇ ਹੋ ਤੁਸੀਂ, ਇੱਕ ਹਿਸਾਬ ਦਾ ਮਾਈਨਸ ਪਲੱਸ ਵਾਲਾ ਹੋ ਗਿਆ, ਜਿੱਦਾਂ ਕਿ ਆਹ ਮਾਈਨਸ ਜਾਂ ਪਲੱਸ ਹੈ ਅਤੇ ਇਹ ਇਸ ਤਰ੍ਹਾਂ ਆਪਸ 'ਚ ਅਟੈਚ ਹੋ ਗਏ। ਫਿਰ ਬਸ ਕਰਾਸ ਲਾ ਤੇ ਆਪਾਂ ਇਹਦੇ ਉੱਤੇ ਹੁਣ ਆਪਾਂ ਜਿਹੜੀ ਆਪਣੀ ਬਾਡੀ ਲਾ ਦਾਂਗੇ ਇੱਦਾਂ, ਅਤੇ ਟਰੈਕਟਰ ਆਪਣਾ ਤਿਆਰ ਹੋ ਜੂਗਾ ਜੀ।
ਮੇਨ ਉਸ ਤੋਂ ਬਾਅਦ ਰਾਡ ਵਗੈਰਾ ਸਾਰਾ ਕੁਝ ਲਾ ਲਾਂਗੇ ਆਪਾਂ ਬਾਕੀ ਐਮ ਸੀ ਨਾਲ ਆਪਾਂ ਮੋਟਰ ਜੋੜਤੀ ਹੈ ਜੀ ਪਿਛਲੀ ਬਾਡੀ ਨਾਲ ਜਿਵੇਂ ਤੁਸੀਂ ਵੇਖ ਸਕਦੇ ਹੋ ਆ ਰਿਹਾ ਇਹਦਾ ਕਰਾਸ ਜਿਹੜਾ ਆਪਾਂ ਥੋੜ੍ਹਾ ਵੱਢ ਕੇ ਛੋਟਾ ਕਰ ਲਿਆ ਅਤੇ ਆਹ ਬਾਡੀ ਵੀ ਆਪਾਂ ਇੱਥੋਂ ਇੰਨੀ ਨਹੀਂ ਵੱਢਤੀ ਨਾਲੋਂ ਕਿਉਂਕਿ ਇੱਥੇ ਆਪਾਂ ਦੇਖੋ ਜੀ ਇਸ ਤਰ੍ਹਾਂ ਲਾਉਣਾ ਹੈ ਆਹ ਜਿਹੜਾ ਕਰਾਸ ਇਹਦੇ ਵਿੱਚ ਪੈ ਜੂਗਾ ਇੱਥੇ ਸਿੱਧਾ ਅਤੇ ਆਹ ਚੀਜ਼ ਇੱਥੇ ਫਿਲਹਾਲ ਬਸ ਆਪਾਂ ਹੁਣ ਐਮ ਸੀਲ ਦੇ ਨਾਲ ਇਹਨੂੰ ਇਹਦੇ ਨਾਲ ਜੋੜ ਦਾਂਗੇ ਇਹਨਾਂ ਅਤੇ ਆਪਣੇ ਜਿਹੜਾ ਟ੍ਰਿੱਟ ਦਾ ਮੇਨ ਹਿੱਸਾ ਜਿਹੜਾ ਬੈਕ ਸਾਈਡ 'ਤੇ ਸਾਰਾ ਤਿਆਰ ਹੋ ਜੂਗਾ ਜੀ ਹਾਂਜੀ ਆਪਾਂ ਵੇਖੋ ਜੀ ਪਿਛਲਾ ਐਕਸਲ ਜੋੜਤਾ ਹੁਣ ਅਤੇ ਆਹ ਤੁਸੀਂ ਵਿੱਚ ਕਰਾਸ ਵੇਖ ਸਕਦੇ ਹੋ ਆਪਾਂ ਪਾ ਤਾ ਇਹ ਪਿਛਲੇ ਐਕਸਲ ਨੂੰ ਜੋੜਨ ਵਾਸਤੇ ਅਤੇ ਉੱਤੇ ਆਪਾਂ ਜਿਹੜੀ ਇੱਕ ਪਲਾਈ ਦੀ ਫੱਟੀ ਲੈ ਕੇ ਉਹਨੂੰ ਕਾਲਾ ਰੰਗ ਮਾਰਤਾ ਸੀਗਾ ਅਤੇ ਉਤਲੀ ਸਾਈਡ ਲਾ ਤੀ ਸੀਗੀ ਵੀ ਤਾਂ ਕਿ ਜਿਹੜਾ ਐਕਸਲ ਨਾਲ ਪਕੜ ਹੋ ਜਾਂਦੀ ਚੰਗੀ ਤਰ੍ਹਾਂ ਅਤੇ ਮੋਟਰ ਜਿਹੜੀ ਆਪਣੀ ਆਹ ਵੇਖ ਸਕਦੇ ਤੁਸੀਂ ਇੱਥੇ ਆਪਾਂ ਰੱਖੀਏ ਅਤੇ ਇੱਥੋਂ ਜਿਹੜਾ ਕਰਾਸ ਸਿੱਧਾ ਲੱਗਾ ਹੋਇਆ ਵਿੱਚ ਅਤੇ ਹੁਣ ਆਪਾਂ ਇਹਦਾ ਜਿਹੜਾ ਫਰੰਟ ਜਿਹੜਾ ਐਕਸਲ ਲਾ ਦਾਂਗੇ ਦੇਖੋ ਜੀ ਆਪਾਂ ਫਰੰਟ ਐਕਸਲ ਬਣਾ ਤਾ ਜਿਹੜੇ ਇਹਦੇ ਪਿਛਲੇ ਟਾਇਰ ਸੀਗੇ ਉਹ ਆਪਾਂ ਹੁਣ ਅੱਗੇ ਲਾਵਾਂਗੇ ਇਹਦੇ ਵਿੱਚ ਆਪਾਂ ਨੋਰਮਲੀ ਜ਼ਿਆਦਾ ਕੁਛ ਨਹੀਂ ਲਾਇਆ ਜਿਹੜੀ ਸਿੰਪਲ ਇੱਕ ਗੋਲਡ ਐਕਸਪੈਨ ਦੀ ਰਿਫਲ ਹੁੰਦੀ ਹੈ ਉਹਨੂੰ ਐਮ ਸੀਲ ਨਾਲ ਜੋੜ ਕੇ ਇਸ ਤਰ੍ਹਾਂ ਅਤੇ ਉੱਤੇ ਕਾਲਾ ਰੰਗ ਮਾਰਤਾ ਅਤੇ ਵਿੱਚ ਇੱਕ ਨਿੱਕੀ ਮੋਰੀ ਕਰਤੀ ਹੈ ਜਿਹਦੇ ਵਿੱਚ ਟਰੈਕਟਰ ਦਾ ਐਕਸਲ ਪੈਣਾ ਹਿੱਸਾ ਆ ਵੇਖ ਸਕਦੇ ਤੁਸੀਂ ਐਮ ਸੀਲ ਨਾਲ ਮੈਂ ਥੱਲੇ ਇੱਕ ਤਾਰ ਕੱਟ ਕੇ ਸਿਲਵਰ ਦੀ ਲਾਤੀ ਹੈ ਤਾਂ ਕਿ ਜਿਹੜਾ ਹੈ ਇਸ ਦੇ ਵਿੱਚ ਇਸ ਤਰ੍ਹਾਂ ਐਕਸਲ ਪੈ ਜੇ ਆ ਵੇਖ ਸਕਦੇ ਤੁਸੀਂ ਹੁਣ ਐਕਸਲ ਦੇ ਵਿੱਚ ਵਧੀਆ ਪੈ ਗਿਆ ਅੱਗੋਂ ਬੈਲੈਂਸ ਵਾਲਾ ਅਤੇ ਫਿਲਹਾਲ ਆਪਣਾ ਜਿਹੜਾ ਟਰੈਕਟਰ ਦੀ ਥੱਲੜੀ ਬਾਡੀ ਸਾਰੀ ਤਿਆਰ ਹੈ ਅਤੇ ਹੁਣ ਇਹਦੇ ਆਪਾਂ ਮਗਰਾਟ ਲਾਉਣੇ ਆ ਆ ਵੇਖ ਸਕਦੇ ਤੁਸੀਂ ਇਹਦੀ ਸ਼ੋਅ ਆਪਾਂ ਇਸ ਤਰ੍ਹਾਂ ਇਹਦੇ ਉੱਤੇ ਲਾ ਦਾਂਗੇ ਅਤੇ ਦੋਵਾਂ ਸਾਈਡ ਆਪਾਂ ਐਮ ਸੀਲ ਦੇ ਨਾਲ ਜਾਂ ਗਲੂ ਗਨ ਦੇ ਨਾਲ ਜਿਵੇਂ ਤੁਸੀਂ ਲਾਉਣਾ ਚਾਹੋ ਇੱਦਾਂ ਮਗਰਾਟ ਲਾ ਸਕਦੇ ਹਾਂ ਵੇਖ ਸਕਦੇ ਠੀਕ ਹੈ ਜੀ ਅਤੇ ਇਸਦੀ ਜਿਹੜੀ ਆਪਾਂ ਛੱਤਰੀ ਵੀ ਬਣਾਈ ਇੱਕ ਵੇਖ ਸਕਦੇ ਤੁਸੀਂ ਥੱਲੇ ਕਾਲਾ ਰੰਗ ਉੱਤੇ ਆਪਾਂ ਇਹਨੂੰ ਹਰਾ ਰੰਗ ਮਾਰ ਦਾਂਗੇ ਅਤੇ ਮੈਂ ਛੇਤੀ ਇਹਦੀ ਵੀ ਵੀਡੀਓ ਲੈ ਆਵਾਂਗਾ ਤੁਸੀਂ ਜਿਹੜੀ ਆ ਛੱਤਰੀ ਆ ਅੱਗੋਂ ਇਹਨੂੰ ਗੁਲਾਈ 'ਚ ਕਿੱਦਾਂ ਬਣਾਉਣਾ ਹੈ ਅਤੇ ਉਹਦੀ ਮੈਂ ਕੱਡ ਵੀਡੀਓ ਬਣਾ ਦਾਂਗਾ ਤੁਸੀਂ ਉਹਦੇ ਵੇਖ ਲਿਓ ਰਿਮੋਟ ਨਾਲ ਜੋੜ ਲਿਆ ਵੇਖ ਸਕਦੇ ਆਪਣਾ ਰਿਮੋਟ ਅਤੇ ਹੁਣ ਜਿਹੜਾ ਮੈਂ ਤੁਹਾਨੂੰ ਚਲਾ ਕੇ ਵਿਖਾਉਂਦਾ ਨਾਲੇ ਕਰਾਸ ਕਿਸ ਤਰ੍ਹਾਂ ਕੰਮ ਕਰਦਾ ਤੁਸੀਂ ਉਹ ਵੀ ਵੇਖ ਸਕਦੇ ਹੋ ਆਹ ਜਿਹੜਾ ਇਹਦੀ ਲੋਅ ਸਪੀਡ ਹੈ ਇਹਨੂੰ ਹਾਈ ਕਰ ਸਕਦੇ ਆਪਾਂ ਸਪੀਡ 'ਤੇ ਠੀਕ ਠਾਕ ਸਪੀਡ ਇੰਨੀ ਜ਼ਿਆਦਾ ਵੀ ਨਹੀਂ ਪਰ ਪਾਵਰਫੁੱਲ ਹੈ ਇਸ ਕਰਕੇ ਸਪੀਡ ਥੋੜ੍ਹੀ ਘੱਟ ਹੈ ਅਤੇ ਆ ਤੁਸੀਂ ਹੁਣ ਕਰਾਸ ਵੇਖ ਸਕਦੇ ਹੋ ਘੁੰਮਦਾ ਅਗਲੀ ਮੋਟਰ ਤੋਂ ਲੈ ਕੇ ਸਿੱਧਾ ਇਹਦੇ ਵਿੱਚ ਲੱਗਾ ਹੋਇਆ ਅਤੇ ਆ ਵਿੱਚੋਂ ਨਿਕਲੇ ਨਾ ਇਸ ਵਾਸਤੇ ਮੈਂ ਇੱਕ ਤਾਰ ਪਾ ਤੀ ਵਿੱਚ ਮੋਰਾ ਕੱਢ ਕੇ ਦੋਵਾਂ ਕਰਾਸਾਂ ਦੇ ਆਪਸ ਨੂੰ ਜੋੜਤਾ ਚੰਗੀ ਤਰ੍ਹਾਂ ਪਾਵਰਫੁੱਲ ਹੈ ਕਾਫ਼ੀ ਟਰੈਕਟਰ ਵਾਲਾ ਪਾਵਰਫੁੱਲ ਬਣਿਆ ਮੈਂ ਤੁਹਾਨੂੰ ਨੈਕਸਟ ਵੀਡੀਓ 'ਚ ਇਹਦੀ ਪਰਫੋਰਮੈਂਸ ਸਾਰੀ ਵਿਖਾ ਦਾਂਗਾ ਲਓ ਜੀ ਫਾਈਨਲੀ ਪ੍ਰੀਤ ਆਪਣਾ ਤਿਆਰ ਹੋ ਚੁੱਕਿਆ ਸਭ ਤੁਸੀਂ ਖੜਾ ਇਹਦੀ ਛੱਤਰੀ ਲਾਉਣੀ ਬਸ ਬਾਕੀ ਹੈ ਆਪਾਂ ਬਾਅਦ 'ਚ ਲਾ ਦਾਂਗੇ ਨੈਕਸਟ ਵੀਡੀਓ 'ਚ ਮੈਂ ਤੁਹਾਨੂੰ ਇਹਦੀ ਪਰਫੋਰਮੈਂਸ ਵਿਖਾ ਦਾਂਗਾ ਜੀ ਟਰਾਲੀ ਪਾ ਕੇ ਹੱਲਾਂ ਪਾ ਕੇ ਸਾਰਾ ਕੁਝ ਫਿਲਹਾਲ ਤੁਹਾਡੇ ਸਾਹਮਣੇ ਆ ਜੀ ਟਰੈਕਟਰ ਆਪਣਾ